ਨਮਸਕਾਰ ਕੀਤੀ। ਅਰਜਨ ਨੇ ਕਹਿੰਦੇ ਮਹਾਰਾਜ ਇੱਕ ਕੰਕਾ ਹੈ, ਮੇਰੇ ਕੰਕੇ ਦੀ ਬੇਟੀ ਕਰ ਦਿਓ। ਕਹਿਣ ਲੱਗੇ ਮਹਾਰਾਜ ਦੱਸ ਭਾਈ, ਕਹਿਣ ਲੱਗੇ ਅੱਜ ਆਪਦੀ ਸਮਾਧੀ ਬੈਠੇ ਸੀ ਤੇ ਆਪ ਜੀ ਦਾ ਧਿਆਨ ਕਰਦੇ, ਜੇ ਅਸੀਂ ਲੋਕ ਹੈਗੇ ਆ ਸੰਸਾਰੀ ਲੋਕ, ਆਪ ਜੀ ਦਾ ਧਿਆਨ ਕਰਦੇ ਆ, ਤੁਸੀਂ ਕਿਹਦਾ ਧਿਆਨ ਕਰਦੇ? ਕਹਿ ਲੱਗੇ ਮੈਂ ਉਹਨਾਂ ਭਗਤਾਂ ਦਾ ਧਿਆਨ ਕਰਦਾ ਜੇ ਸਵਾਸ ਦਾ ਜੀਵਨ ਕਰਦੇ, ਕੋਈ ਸਵਾਸ ਚੋਰੀ ਜਾ ਸਵਾਸ ਚੁੱਕ ਕੇ ਖਾਲੀ ਨਹੀਂ ਕਰਦਾ, ਮੈਂ ਉਹਨਾਂ ਭਗਤਾਂ ਦਾ ਧਿਆਨ ਕਰਦਾ। ਕਹਿੰਦੇ ਕੋਈ ਤਾਂ ਦਰਜਨ ਦਾ ਇਹ ਜਿਹੜਾ ਕਹਿੰਦਾ ਭਾਵੇਂ ਦਾ ਤੰਗੀਓ ਮਹਾਰਾਜ ਗੁਰੂ ਭੈਣ ਜੇ ਤੁਰੇ ਜਾਂਦੇ ਨੇ ਤੇ ਜਿਹੜੇ ਰਸਤੇ ਜੰਗਲ ਉਧਿਆਨ ਬਹੁਤ ਹੈ, ਇੱਕ ਤਪਸਵੀ ਬੈਠਾ ਹੈ ਜੀ ਬਗਦਾਲ ਲਈ ਬੈਠਾ ਜਿਹਦੇ ਉਹ ਬੈਠਾ ਹੈ, ਤੇ ਇਸੇ ਤਰ੍ਹਾਂ ਇੱਕ ਸਾਫਾ ਉਹਦੇ ਤੇਲ ਆ ਤੇ ਹੋਰ ਕੋਈ ਚੀਜ਼ ਨਹੀਂ, ਨਾ ਕੋਈ ਪਾਤਰ, ਪਾਤਰ ਮੈਂ ਬਰਤਨ ਵੀ ਕੋਈ ਨਹੀਂ ਰੋਟੀ ਖਾਣ ਲਈ, ਤੇ ਨਾ ਕੋਈ ਭੁੱਖੀ ਬਣਾਈਏ, ਨਾ ਮਕਾਨ ਰੱਖਣਾ ਹੈ। ਇਹ ਪੱਤਰਾਂ ਦਰਖਾਂ ਦੇ ਜਿਹੜੇ ਵਿਰਗਾਂ ਦੇ ਪੱਤਰਾਂ ਦੇ ਉੱਤੇ ਬੈਠਾ ਪੱਤਿਆਂ ਦੇ ਉੱਤੇ, ਤੇ ਜਿਹੜਾ ਰਾਮ 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 ਕਰਦਾ ਹੈ, ਤੇ ਇਹ ਜਿਹੜਾ ਮਹਾਰਾਜ ਕਹਿਣ ਲੱਗਾ ਮਹਾਰਾਜ ਇਹ ਸੰਤ ਮਹਾਤਮਾ ਨੇ ਜੋ ਦਰਸ਼ਨ ਕਰਨਾ ਇਹਨਾਂ ਨਹੀਂ ਕਹਿੰਦਾ, ਤੇ ਜਿਹੜੇ ਜਾ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਦਰਸ਼ਨ ਕੀਤੀ, ਉਹ ਜਿਹਦੇ ਕਹਿਣ ਲੱਗੇ ਮਹਾਰਾਜ ਅਰਜਨ ਕਹਿਣ ਲੱਗਾ ਮੇਰਾ ਜਿੱਥੇ ਇਹ ਕਰਦਾ ਹੈ ਆਪਦੀ ਕੋਈ ਕੁੜੀਆ ਬਣਾ ਲਿਆ, ਆਪਦੀ ਕੋਈ ਟੱਪਰ ਹੀ ਬਣਾ ਲਿਆ ਕੱਕਾਂ ਦੀ ਕੋਲੀ, ਆਪਦੀ ਕੋਈ ਬਰਤਨ ਲਿਆ ਲਿਆ ਤੇ ਇੱਥੇ ਰੋਟੀ ਪਾਣੀ ਚੱਕ ਲਿਆ ਜੋ। ਕਹਿ ਲੱਗੇ ਉਹ ਥੋੜੇ ਜੀਵਨ ਕਾਲ ਨੇ ਉਹ ਕੀ ਪੱਤਰ ਔਰ ਕੁੜੀਆ ਬਣਾ ਲਈ। ਕਹਿ ਲੱਗੇ ਮਹਾਰਾਜ ਥੋੜਾ ਜੀਵਨ, ਕਹਿ ਲੱਗੇ ਹਾਂ, ਕਹਿ ਲੱਗੇ ਕਿੰਨਾ ਕੁ ਜੀਵਨ ਹੋਇਆ, ਕਿੰਨੀ ਕੁ ਉਮਰ ਹੋਈ ਹੈ? ਕਹਿ ਲੱਗੇ ਕਈ ਅਰਜਨ ਦੇ ਸੱਤ ਪੁੱਤਰ ਪੰਜੇ ਪਾਂਡੋ ਉਤਾਰ ਕਰਕੇ ਹੈ, ਤੇ ਕਈ ਜਿਹੜਾ ਕ੍ਰਿਸ਼ਨ ਅਵਤਾਰ ਧਾਰ ਕੇ ਆਏ, ਕਈ ਜਿਹੜਾ ਰਾਮਾ ਅਵਤਾਰ ਧਾਰ ਕੇ ਆਏ, ਇਸੇ ਤਰ੍ਹਾਂ ਦੇਖਦਿਆਂ ਦੇਖਦਿਆਂ ਕਿੰਨੀ ਵਾਰੀ ਹੋ ਗਿਆ। ਕਹਿੰਦੇ ਇੱਥੇ ਕਿਤੇ ਥੋੜ੍ਹੀ ਉਮਰ, ਕਹਿੰਦੇ ਕੋਈ ਭਰੋਸਾ ਨਹੀਂ ਹੈਗਾ, ਸਰੀਰ ਦਾ ਕੋਈ ਭਰੋਸਾ ਨਹੀਂ ਹੈਗਾ, ਇਹ ਸੁਪਨਾ ਹੈ। ਰਾਮ ਦੇਵ ਰਾਵਣ ਦੇਵ ਜਾਗੋ ਬਹੁ ਪਰਿਵਾਰ, ਕੌ ਰਾਮ ਦੇਵੀ ਨਹੀਂ ਸੁਪਨੇ ਜੋ ਸੰਸਾਰ, ਸੁਪਨੇ ਦੇਵੀ ਮੂਰਖ ਜਿੱਤ ਲਾਇਆ, ਨਾਮਾ ਦੇਵ ਜੀ ਨਾਲ ਦਰਦ ਹੋਇਆ, ਸੁਪਨੇ ਮੈਂ ਸੁਣਾਈ, ਅੱਜ ਰਾਜ ਜੀ ਨੇ ਦੁੱਖ ਆਇਆ, ਦੋ ਗੱਲ ਨਹੀਂ ਮਾਰੀ। ਕਹਿੰਦੇ ਅਰਜਨ ਤੇ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ, ਕੋਈ ਹੋਰ ਅਰਜਨ ਲਿਆ ਦਿਆ, ਕਹਿੰਦੇ ਕੋਈ ਚੀਜ਼ ਨਹੀਂ ਚਾਹੀਦੀ। ਇਤਨਾ ਕਹਿੰਦਾ ਭਾਵੇ ਏਦਾਂ ਦੇ ਸੰਤ ਹੋਏ ਨੇ, ਏਦਾਂ ਦੇ ਰਿਸ਼ੀ ਮੁਨੀ ਹੋਏ, ਵਿਰਾਗੀ ਤਿਆਗੀ ਹੋਏ ਨੇ, ਇਸੇ ਤਰ੍ਹਾਂ ਆਪਣੇ ਭਾਰਤ ਭਾਰਤ ਚ ਇੰਡੀਆ ਦੇਖ ਸਾਰੇ ਅਵਤਾਰਾਂ ਨੇ ਅਵਤਾਰ ਧਾਰਿਆ, ਚਾਰ ਦੇਖ ਉਚਾਰਨ ਕੀਤੇ, ਗੁਰੂ ਗ੍ਰੰਥ ਸਾਹਿਬ ਇੰਡੀਆ ਦੀ ਧਰਤੀ ਤੇ ਮਾਰੇ ਨੇ ਬਾਣੀ ਉਚਾਰਨ ਕੀਤੀ, ਤਾਂ ਉਹਦੇ ਜੀਵਨ ਦਾ ਆਧਾਰ ਕਰਨ ਦੇ ਇੱਦਾਂ ਦੇ ਸੰਤ ਨੇ ਮਾਰੇ ਕਹਿੰਦੇ ਨੇ ਜਿਹੜੇ ਇੱਦਾਂ ਦੇ ਸੰਤ ਹੈ, ਹਮ ਸੰਤਾਂ ਕੀ ਰੇਤ ਤੇ ਆ ਗਏ, ਇਸੇ ਤਰ੍ਹਾਂ ਉਹਨਾਂ ਸੰਤਾਂ ਮਹਾਤਮਾ ਦੀ ਅਸੀਂ ਰੇਤ ਆ, ਕਿਉਂਕਿ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਮਾਰੇ ਕਹਿੰਦੇ ਨੇ ਮਾਰ ਮਜੇ ਸੰਗ ਸਾਧੂਆਂ ਧੂੜੀ ਕਾਲ ਇਸ਼ਨਾਨ, ਹਰ ਦਾ ਨਾਮ ਧਿਆ ਗੁਣ ਸਭਨਾਂ ਨੂੰ ਕਰਦਾ, ਇਸਦਾ ਇਸਦਾ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਇਹ ਜਿਹੜੀ ਧੂੜ ਹੈ ਮਤ ਦੇ ਰੰਗ ਹੈ, ਤੇ ਕਰੋੜਾਂ ਜੰਮਾਂ ਦੇ ਪਾਪ ਨੇ ਉਹ ਸਰਲ ਹੋ ਜਾਂਦੇ ਨੇ, ਆਮ ਮੰਦਰ ਕੀ ਰੇਤ ਪਿਆਰੇ, ਉਹ ਸੰਤਾਂ ਮਹਾਤਮਾ ਦੇ ਬਚਨ ਜਿਹੜੇ ਅਮੋਲਕ ਨੇ ਉਹ ਸਰਵਣ ਕਰਕੇ ਮਨਨ ਕਰਨੇ ਚਾਹੀਦੇ। ਹਾਂਜੀ ਹਮ ਸੰਤਨ ਕੀ ਦਰਨਾ, ਜਿਹੜਾ ਸੰਤਾਂ ਮਹਾਤਮਾ ਦੀ ਦਰ ਚਲਾ ਜਾਂਦਾ ਉਹਦੇ ਸਾਰੇ ਦੁੱਖ ਰੋਗ ਸਾਰੇ ਨਿਵਰਤ ਹੋ ਜਾਂਦੇ, ਇਹ ਜਿਹੜਾ ਹਮ ਸੰਤਨ ਕੀ ਦਰਨਾ, ਜਿਹੜਾ ਪਰਮੇਸ਼ਰ ਦੀ ਚਰਨ ਚਲਾ ਜਾਂਦਾ ਹੈ, ਗੁਰੂਆਂ ਦੀ ਚਰਨ ਚਲਾ ਜਾਂਦਾ ਹੈ, ਉਹਦੇ ਸਾਰੇ ਦੁੱਖ ਦੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ, ਪ੍ਰਭੂ ਦੀ ਤਰਨ ਸਰਵ ਪੈ ਰਾਤ ਦੇ ਦੁੱਖ ਫਿਰ ਦੇ ਦੁੱਖ ਪਾਇਆ, ਇਸੇ ਤਰ੍ਹਾਂ ਜਿਹੜਾ ਪ੍ਰਭੂ ਦੀ ਚਰਨ ਚਲਾ ਜਾਂਦਾ ਹੈ ਉਹਦੇ ਸਾਰੇ ਜਿਹੜੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ। ਹਾਂਜੀ ਸੰਤ ਹਮਾਰੀ ਓਟ ਸਤਾਣੀ।
ਮਹਾਰਾਜ ਕਹਿੰਦੇ ਨੇ ਸੁਣਾਈ ਕਹਿੰਦੇ ਪਿਆਰੇ ਨੇ ਰੱਬ ਦੇ ਨਾਲ ਮੇਰੇ ਇੱਕ ਵੇਲੇ ਹੋਏ ਨੇ ਇਸੇ ਤਰ੍ਹਾਂ ਬ੍ਰਹਮ ਗਿਆਨੀ ਤੋਂ ਕੋਜੇ ਮਿਹਰ ਨਾਨਕ ਬ੍ਰਹਮ ਗਿਆਨੀ ਆਪ ਮਿਹਰ ਆਪ ਉਪਰ ਮੁਕਤ ਕਰੇ ਸੰਸਾਰ ਨਾਨਕ ਦੇ ਜਨ ਤੋਂ ਸਦਾ ਨਮਸਕਾਰ ਇਹ ਆਮ ਦੰਦਨ ਦੀ ਔਰਤਾਂ ਨੇ ਇਸੇ ਤਰ੍ਹਾਂ ਦੰਦਾਂ ਮਹਾਤਮਾ ਦੀ ਔਰ ਆਸਰਾ ਲੈ ਜਿਹੜਾ ਦੰਦਾਂ ਮਹਾਤਮਾ ਦੀ ਜਰਨੀ ਚਲਾ ਜਾਂਦਾ ਹੈ ਤੇ ਉਹਦੇ ਬਾਅਦ ਸਾਰੇ ਫੈਲਟ ਹੋ ਜਾਂਦੇ ਨੇ ਨਾਸ ਹੋ ਜਾਂਦੇ ਨੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਤੇ ਆਮ ਆਮ ਦੰਦਨ ਕੀ ਕਰਨਾ ਆਪ ਤੇ ਦੰਦਾਂ ਵਾਲੀ ਔਰ ਦੰਦਾਂ ਨੇ ਜੇ ਇਹ ਦੰਦਾਂ ਮਹਾਤਮਾ ਦੀ ਔਰ ਹੈ ਉਹਨਾਂ ਦੀ ਕਰਨ ਚਲੇ ਗਏ ਉਹ ਸਾਰੇ ਕਪਾਲ ਦੇ ਸਰਦ ਕਰਦੇ ਜਿਹੜਾ ਸਾਡੇ ਸਤਿਗੁਰੂ ਮਹਾਰਾਜ ਅਸੀਂ ਤੇ ਬਿਲਕੁਲ ਮੂਰਖ ਹੁੰਦੇ ਸਾਂ ਸਾਡੇ ਸਤਿਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਅਸੀਂ ਤੇ ਪੜ੍ਹੇ ਨਹੀਂ ਸਾਂ ਇਹ ਗੁਰੂਆਂ ਦੀ ਕਿਰਪਾ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਪ੍ਰਵੇਸ਼ ਬੋਲਦੇ ਹਾਂ ਦੇਖਦੇ ਤਰ੍ਹਾਂ ਜਦੋਂ ਦੰਦਾਂ ਮਹਾਤਮਾ ਦੀ ਗੁਰੂਆਂ ਦੀ ਕਿਰਪਾ ਹੋ ਜਾਏ ਉਹਨਾਂ ਦੀ ਔਰ ਹੋਵੇ ਤੇ ਸਾਰੇ ਸਾਰੇ ਕਾਰਜ ਆਪ ਹੋ ਜਾਂਦੇ ਹਨ ਜੀ ਸੰਤਾਂ ਜੋ ਮਹਾਰਾਜ
ਮਰੇ ਭੰਡਾਰਾ। ਸੰਤਾਂ ਮਹਾਤਮਾ ਦੀ ਕਿਰਪਾ ਕਰਕੇ ਭਾਈ ਹਰ ਭਗਤ ਭਰੇ ਭੰਡਾਰਾ। ਇਸੇ ਤਰ੍ਹਾਂ ਸਾਰਿਆਂ ਤੋਂ ਕਿਹੜਾ ਵੱਡਾ ਭੰਡਾਰਾ ਭਾਈ ਨਾਮ ਦਾ। ਉਹ ਪਰਮੇਸ਼ਰ ਦਾ ਰੂਪ ਹੋ ਜਾਣਾ ਜੀ।